ओम शांति ਅੱਜ ਹੈ 12 5 2022 ਦੀ ਸਾਕਾਰ ਬਾਪदादा ਜੀ ਦੀ ਮੁਰਲੀ ਅੱਜ ਬਾਪदादा ਜੀ ਨੇ ਕਿਹਾ ਮਿੱਠੇ ਬੱਚੇ ਐਸ ਸਮਾਂ ਬੁੱਢੇ ਬੱਚੇ ਜਵਾਨ ਸਭ ਦੀ ਵਾਣ ਪ੍ਰਸਵਸਥਾ ਸਨ ਕਿਉਂਕਿ ਸਾਰਿਆਂ ਦੀ ਸਾਰਿਆਂ ਨੂੰ ਬਾਣੀ ਤੋਂ ਪਰੇ ਮੁਕਤੀ ਦਾਮ ਜਾਣਾ ਸਨ ਤੁਸੀਂ ਉਹ ਉਹਨਾਂ ਨੂੰ ਘਰ ਦਾ ਰਸਤਾ ਦੱਸਦੇ ਰਹੋ ਪ੍ਰਸ਼ਨ ਹੈਗਾ ਬਾਪ ਜੀ ਦੀ ਸ਼੍ਰੀਮਤ ਹਰ ਬੱਚੇ ਲਈ ਅਲੱਗ-ਅਲੱਗ ਹੁੰਦੀ ਸਨ ਇੱਕ ਜਿਹੋ ਨਹੀਂ ਹੁੰਦੀ ਕਿਉਂ ਉੱਤਰ ਹੈਗਾ ਕਿਉਂਕਿ ਬਾਪ ਹਰ ਬੱਚੇ ਦੀ ਨਵਜ ਨੂੰ ਵੇਖ ਸਰਕਮਸਟੈਂਸ ਵੇਖ ਸ਼੍ਰੀਮਤ ਦਿੰਦੇ ਸਨ ਸਮਝੋ ਕੋਈ ਨਿਰਬੰਧਨ ਸਨ ਬੁੱਢੇ ਸਨ ਜਾ ਕੁਮਾਰੀ ਸਣ ਸੇਵਾ ਦੇ ਲਾਇਕ ਸਣ ਤਾਂ ਬਾਪ ਰਾਏ ਦਿੰਦੇ ਹਨ ਐਸ ਸੇਵਾ ਵਿੱਚ ਪੂਰਾ ਲੱਗ ਜਾਓ ਬਾਕੀ ਸਭ ਨੂੰ ਤਾਂ ਇੱਥੇ ਨਹੀਂ ਬਿਠਾ ਲੈਣਗੇ ਨਾ ਜਿਨ੍ਹਾਂ ਦੇ ਪ੍ਰਤੀ ਬਾਪ ਜੀ ਦੀ ਸ਼੍ਰੀਮਤ ਜੁੜੀ ਮਿਲਦੀ ਹੈ ਉਹਨਾਂ ਦਾ ਕਲਿਆਣ ਹੁੰਦਾ ਏ ਜਿਵੇਂ ਮੰਮਾ ਬਾਬਾ ਸ਼ਿਬ ਬਾਬਾ ਤੋਂ ਵਰਸਾ ਲੈਂਦੇ ਸਣ ਐਵੇਂ ਫਾਲੋ ਫਾਦਰ ਕਰ ਉਹਨਾਂ ਜੀ ਹੋ ਸੇਵਾ ਵਿੱਚ ਵਰਸਾ ਲੈਣਾ ਹੈ ਗੀਤ ਹੈਗਾ ਭੋਲੇनाथ ਤੋਂ ਨਿਰਾਲਾ ਕੋਈ ਔਰ ਨਹੀਂ ਓਮ ਸ਼ਾਂਤੀ ਮਿੱਠੇ ਮਿੱਠੇ ਸਿਕੀ ਲਦੇ ਬੱਚਿਆਂ ਨੇ ਗੀਤ ਸੁਣਿਆ ਸ਼ਿਵ ਨੂੰ ਭੋਲੇनाथ ਆਖਿਆ ਜਾਂਦਾ ਸਨ ਔਰ ਇਹ ਜਿਹੜਾ ਡਮਰੂ ਵਜਾਂਦੇ ਸਨ ਉਹਨਾਂ ਨੂੰ ਸ਼ੰਕਰ ਆਖਦੇ ਸਨ ਇੱਥੇ ਕਿੰਨੇ ਆਸ਼ਰਮ ਸਨ ਜਿੱਥੇ ਵੇਦ ਸ਼ਾਸਤਰ ਉਪਨਿਸ਼ਦ ਆਦਿ ਸੁਣਾਉਂਦੇ ਸਨ ਇਹ ਵੀ ਜਿਵੇਂ ਡਮਰੂ ਬਜਾਂਦੇ ਸਨ ਕਿੰਨੇ ਆਸ਼ਰਮ ਸਨ ਜਿੱਥੇ ਮਨੁੱਖ ਜਾ ਕੇ ਰਹਿੰਦੇ ਵੀ ਸਨ ਪਰੰਤੂ ਇਹ ਮਬਜੈਕਟ ਕੋਈ ਵੀ ਨਹੀਂ ਜਾਣਦੇ ਸਮਝਦੇ ਸਨ ਗੁਰੂ ਲੋਗ ਸਾਨੂੰ ਬਾਣੀ ਤੋਂ ਪਰੇ ਸ਼ਾਂਤੀ ਧਾਮ ਵਿੱਚ ਲੈ ਜਾਣਗੇ ਇਸ ਵਿਚਾਰ 'ਚ ਜਾ ਕੇ ਰਹਿੰਦੇ ਸਨ ਇੱਥੇ ਤਾਂ ਪ੍ਰਾਣ त्यागे ਪਰੰਤੂ ਵਾਪਸ ਤਾਂ ਕੋਈ ਵੀ ਜਾ ਨਹੀਂ ਸਕਦੇ ਉਹ ਲੋਕ ਤਾਂ ਆਪਣੀ ਆਪਣੀ ਭਗਤੀ ਆਦੀ ਸਿਖਾਉਂਦੇ ਸਨ ਇੱਥੇ ਤਾਂ ਬੱਚੇ ਜਾਣਦੇ ਸਨ ਸੱਚਾ ਸੱਚਾ ਅਹੀਓ ਵਾਣ ਪ੍ਰਸਤ ਸਨ ਬੱਚੇ ਬੁੜੇ ਜਵਾਨ ਸਾਰੇ ਵਾਣ ਪ੍ਰਸਤੀ ਸਨ ਬਾਕੀ ਮੁਕਤੀ ਧਾਮ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰਾ ਰਹੇ ਸਨ ਐਵੇਂ ਨਹੀਂ ਔਰ ਕੋਈ ਨਹੀਂ ਆਖੇਗਾ ਜਿਹੜਿਆ ਸਦਗਤੀ अथवा ਬਾਣੀ ਤੋਂ ਪਰੇ ਲੈ ਜਾਣ ਦਾ ਰਸਤਾ ਦੱਸੇ ਗਤੀ ਸਦਗਤੀ ਦਾਤਾ ਇੱਕ ਬਾਪ ਨੂੰ ਹੀ ਆਖਿਆ ਜਾਂਦਾ ਏ ਬਾਪ ਐਵੇਂ ਨਹੀਂ ਆਖ ਸਕਦੇ ਕਿਕਰ ਅਸਤ ਵਿਹਾਰ ਨੂੰ ਛੱਡ ਕੇ ਇੱਥੇ ਆ ਕੇ ਬਹਿ ਜਾਓ ਹਾਂ ਜਿਹੜੇ ਸਰਵਿਸ ਦੇ ਯੋਗ ਹੋਣਗੇ ਉਹਨਾਂ ਨੂੰ ਹੀ ਇੱਥੇ ਰੱਖਿਆ ਜਾਂਦਾ ਹੈ ਔਰਾਂ ਨੂੰ ਵੀ ਵਾਨਪ੍ਰਸ ਦਾ ਰਸਤਾ ਦੱਸਣਾ ਹੁੰਦਾ ਏ ਕਿਉਂਕਿ ਹੁਣ ਸਾਰਿਆਂ ਦਾ ਬਾਣੀ ਤੋਂ ਪਰੇ ਜਾਣ ਦਾ ਸਮਾਂ ਸਣ ਵਾਨਪ੍ਰਸਤ ਅਥਵਾ ਮੁਕਤੀ ਤਾਮ ਵਿੱਚ ਲੈ ਜਾਣ ਵਾਲਾ ਇੱਕ ਹੀ ਬਾਪ ਸਣ ਉਸ ਬਾਪ ਦੇ ਕੋਲ ਤੁਸੀਂ ਬੈਠੇ ਹੋ ਉਹ ਲੋਕ ਪੱਲ ਵਾਨਪ੍ਰਸਤ ਲੈਂਦੇ ਸਣ ਪਰੰਤੂ ਵਾਪਸ ਤਾਂ ਕੋਈ ਵੀ ਜਾ ਨਹੀਂ ਸਕਦੇ ਵਾਨਪ੍ਰਸਤ ਲੈ ਵਾਨਪ੍ਰਸਤ ਵਿੱਚ ਲੈ ਜਾਣ ਵਾਲਾ ਇੱਕ ਹੀ ਬਾਪ ਹਨ ਉਈਓ ਚੰਗੀ ਮਤ ਦਿੰਦੇ ਸਨ ਕੋਈ ਆਖਣ ਕਿ ਬਾਬਾ ਅਸੀਂ ਘਰ-ਬਾਰ ਛੱਡ ਕੇ ਇੱਥੇ ਆ ਕੇ ਬਹਿ ਜਾਈਏ ਤੇ ਬਾਬਾ ਆਖ ਦਿੰਦੇ ਸਨ ਨਹੀਂ ਦੇਖਣਾ ਪੈਂਦਾ ਏ ਕਿ ਐ ਸਰਵਿਸ ਲਾਇਕ ਸਣ ਆ ਨਹੀਂ ਕੋਈ ਤਾਂ ਬੰਧਨ ਮੁਕਤ ਸਣ ਬਜ਼ੁਰਗ ਸਣ ਸਰਵਿਸੇਬਲ ਸਣ ਤਾਂ ਉਹਨਾਂ ਨੂੰ ਵੀ ਸ਼੍ਰੀਮਤ ਦਿੱਤੀ ਜਾਂਦੀ ਸਨ ਜਿਵੇਂ ਬੱਚੇ ਆਖਦੇ ਹਨ ਸੇਮੀਨਾਰ ਕਰੋ ਤਾਂ ਸੇਵਾ ਦੀ ਯੁਕਤੀਆਂ ਵੀ ਸਿੱਖਣੀਆਂ ਚਾਹੀਦੀਆਂ ਨੇ ਕਨਿਆਵਾਂ ਦੇ ਨਾਲ ਨਾਲ ਮਾਤਾਵਾਂ ਪੁਰਸ਼ ਵੀ ਸਿੱਖਦੇ ਜਾਣਗੇ ਸੈਮੀਨਾਰ ਤਾਂ ਇਹ ਹੀ ਸੰ ਬਾਬਾ ਰੋਜ਼ ਸਿੱਖਿਆ ਦਿੰਦੇ ਰਹਿੰਦੇ ਸਨ ਕਿ ਕਿਵੇਂ ਕਿਸ ਨੂੰ ਸਮਝਾਇਆ ਜਾਂਦਾ ਹੈ ਰਾਹ ਦਿੱਤੀ ਜਾਂਦੀ ਏ ਪਹਿਲਾਂ ਤਾਂ ਇੱਕ ਹੀ ਗੱਲ ਸਭ ਨੂੰ ਸਮਝਾਣੀ ਏ ਕਿ ਪਰਮ ਪਿਤਾ ਪਰਮਾਤਮਾ ਜਿਸ ਨੂੰ ਤੁਸੀਂ ਯਾਦ ਕਰਦੇ ਆ ਇਹੋ ਓ ਤੁਹਾਡਾ ਕੀ ਲੱਗਦਾ ਏ ਜੇਕਰ ਬਾਪ ਹੈ ਤਾਂ ਬਾਪ ਤੋਂ ਤਾਂ ਵਰਸਾ ਮਿਲਣਾ ਚਾਹੀਦਾ ਏ ਤੁਸੀਂ ਤਾਂ ਹੁਣ ਬਾਪ ਨੂੰ ਜਾਣਦੇ ਵੀ ਨਹੀਂ ਕਹਿ ਦਿੰਦੇ ਹਨ ਸਭ ਵਿੱਚ ਭਗਵਾਨ ਹਨ ਕਣਕਣ ਵਿੱਚ ਭਗਵਾਨ ਸਨ ਫਿਰ ਤੁਹਾਡਾ ਕੀ ਹਾਲ ਹੋਵੇਗਾ ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਦਾਦਾ ਜੀ ਦੇ ਸੱਮੁਖ ਬੈਠੇ ਹਾਂ ਬਾਬਾ ਸਾਨੂੰ ਵਾਪਸ ਲੈ ਜਾਣ ਦੇ ਲਈ ਲਾਇਕ ਬਣਾ ਰਹੇ ਸਨ ਕੰਡਿਆਂ ਤੋਂ ਫੁੱਲ ਬਣਾ ਕੇ ਨਾਲ ਲੈ ਜਾਣਗੇ ਬਾਕੀ ਔਰ ਤਾਂ ਸਭ ਜੰਗਲ ਦਾ ਹੀ ਰਾਸਤਾ ਦੱਸਦੇ ਸਨ ਬਾਪ ਤਾਂ ਕਿੰਨਾ ਸਹਿਜ ਰਾਸਤਾ ਦੱਸਦੇ ਸਨ ਸੈਕਿੰਡ ਵਿੱਚ ਜੀਵਨ ਮੁਕਤੀ ਗਾਈ ਹੋਈ ਹਨ ਉਹ ਬਾਕੀ ਕੋਈ ਝੂਠ ਥੋੜੇ ਹੀ ਸਨ ਬਾਬਾ ਆਖਦੇ ਹਨ ਬਾਬਾ ਕਹਿਣਾ ਮਾਣਾ ਜੀਵਨ ਮੁਕਤ ਹੋ ਜਾਣਾ ਬਾਬਾ ਪਹਿਲਾ ਪਹਿਲਾ ਆਪਣੇ ਘਰ ਵਿੱਚ ਲੈ ਜਾਂਦੇ ਸਨ ਤੁਸੀਂ ਸਭ ਆਪਣੇ ਘਰ ਨੂੰ ਭੁੱਲੇ ਹੋਏ ਸੀ ਆਖਦੇ ਹਨ ਗੋਡਫਾਦਰ ਸਭ ਮੈਸेंजर ਨੂੰ ਭੇਜ ਦਿੰਦੇ ਸਨ ਤਾਂ ਰਮ ਸਥਾਪਨ ਕਰਨ ਦੇ ਲਈ ਫਿਰ ਸਰਵਿਆਪੀ ਉਸ ਨੂੰ ਕਿਉਂ ਆਖਿਆ ਜਾਂਦਾ ਏ ਉੱਪਰ ਤੋਂ ਭੇਜ ਦਿੰਦੇ ਸਨ ਬੋਲਦੇ ਹਨ ਇਹ ਬੋਲਦੇ ਇੱਕ ਹੀ ਹਨ ਫਿਰ ਮੰਦੇ ਨਹੀਂ ਬਾਪ ਤਰਮ ਸਥਾਪਨ ਅਰਥ ਭੇਜ ਦਿੰਦੇ ਸਨ ਤਾਂ ਉਹਨਾਂ ਦੀ ਸੰਸਥਾ ਵੀ ਉਹਨਾਂ ਦੇ ਪਿੱਛੇ ਫਿਰ ਆਣ ਲੱਗ ਪੈਂਦੇ ਸਨ ਪਹਿਲਾ ਪਹਿਲੇ ਸੰ ਦੇਵੀ ਦੇਵਤਾਵਾਂ ਦੀ ਸੰਸਥਾ ਪਹਿਲੇ ਪਹਿਲੇ ਆਦੀ ਸਨਾਤਨ ਦੇਵੀ ਦੇਵਤਾ ਧਰਮ ਵਾਲੇ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਆਣਗੇ ਫਿਰ ਬਾਕੀ ਪਿੱਛੇ ਉਹਨਾਂ ਦੀ ਪ੍ਰਜਾ ਆਂਦੀ ਏ ਪ੍ਰਜਾ ਸਹਿਤ ਔਰ ਪ੍ਰਜਾ ਔਰ ਪ੍ਰਜਾ ਸਹਿਤ ਤਾਂ ਨਹੀਂ ਆਣਗੇ ਨਾ ਪ੍ਰਜਾ ਤੋਂ ਬਿਨਾ ਨਹੀਂ ਆਣਗੇ ਉਹ ਇੱਕ ਹੀ ਆਂਦੇ ਸਨ ਫਿਰ ਦੂਜਾ ਤੀਜਾ ਆਏਗਾ ਇੱਥੇ ਤੁਸੀਂ ਸਭ ਤਿਆਰ ਹੋ ਰਹੇ ਸਨ ਬਾਪ ਤੋਂ ਵਰਸਾ ਲੈਣ ਦੇ ਲਈ ਇਹ ਸਕੂਲ ਸਨ ਘਰ ਵਿੱਚ ਰਹਿਣਿਆ ਇੱਕ ਕੜੀ ਅੱਧੀ ਕੜੀ ਅੱਧੇ ਤੋਂ ਵੀ ਪੁਨ ਆਧ ਕੜੀ ਯਾਦ ਕਰਨਾ ਚਾਹੀਦਾ ਏ ਇੱਕ ਸੈਕਿੰਡ ਵਿੱਚ ਤੁਹਾਨੂੰ ਸਿਰਫ ਦੱਸ ਦੇ ਸਨ ਕਿ ਪਰਮ ਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ ਮੁੱਖ ਤੋਂ ਕਹਿੰਦੇ ਹੋ ਪਰਮ ਪਿਤਾ ਪਰਮਾਤਮਾ ਪਰੰਤੂ ਉਸ ਨੂੰ ਸਮਝਦੇ ਨਹੀਂ ਤਾਂ ਵਰਸਾ ਵੀ ਜ਼ਰੂਰ ਮਿਲਣਾ ਚਾਹੀਦਾ ਹੈ ਬਾਪ ਸਾਨੂੰ ਨਰ ਤੋਂ ਨਾਰਾਇਣ ਬਣਾਉਣ ਵਾਲਾ ਰਾਜਯੋਗ ਸਿਖਾਉਂਦੇ ਸਣ ਇਹ ਸਤ ਨਾਰਾਇਣ ਦੀ ਸੱਚੀ ਸੱਚੀ ਕਥਾ ਵੀ ਹੈ ਇਹੋ ਅਮਰ ਕਥਾ ਵੀ ਹੈ ਤੀਜਰੀ ਦੀ ਕਥਾ ਵੀ ਇਸ ਨੂੰ ਹੀ ਕਿਹਾ ਜਾਂਦਾ ਹੈ ਅਰਥਾਤ ਤੀਜਾ ਨੇਤਰ ਖੁੱਲਣ ਦੀ ਕਥਾ ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਵਰਸਾ ਦੇਣ ਦੇ ਲਈ ਆਏ ਸਨ ਐਸ ਲਈ ਬਾਪ ਜੀ ਦੀ ਸ਼੍ਰੀਮਤ ਤੇ ਚਲਣਾ ਏ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੁਣ ਡਰਾਮਾ ਦਾ ਸਾਰਾ ਰਾਜ ਸਣ ਤੁਸੀਂ ਜਾਣਦੇ ਹੋ ਸੁਕਸ਼ਮ ਵਤਨ ਵਿੱਚ ਸਣ ਬ੍ਰਹਮਾ ਵਿਸ਼ਨੂ ਅਤੇ ਸ਼ੰਕਰ ਇਹ ਫਿਰ ਹਣ ਪ੍ਰਜਾਪਤਾ ਕਹਿੰਦੇ ਹਨ ਬ੍ਰਹਮਾ ਦੇ ਬੁੱਢੇ ਤਨ ਵਿੱਚ ਮੈਂ ਆਨਾ ਹਾਂ ਐਸ ਨੂੰ ਹੀ ਆਖਦੇ ਹਨ हे ਬੱਚੇ ਤੁਸੀਂ ਸਾਰੇ ਬ੍ਰਾਹਮਣ ਹੋ ਤੁਹਾਡੇ ਉੱਤੇ ਹੀ ਮੈਂ ਕਲਸ਼ ਰੱਖਣਾ ਹਾਂ ਤੁਹਾਨੂੰ ਹੀ ਇੰਨੇ ਜਨਮ ਲੈਣੇ ਪੈਂਦੇ ਨੇ ਐਸ ਸਮਾਂ ਹੈ ਰੋ ਰਵ ਨਰਕ ਬਾਕੀ ਤਾਂ ਕੋਈ ਵੀ ਐਹੋ ਜੀ ਨਦੀ ਨਹੀਂ ਹੈਗੀ ਜਿਸ ਨੂੰ ਕੋਈ ਪਾਰ ਕਰਨਾ ਪਵੇ ਗਰੂੜ ਪ੍ਰਾਣ ਵਿੱਚ ਤਾਂ ਬਥੇਰੀਆਂ ਗੱਲਾਂ ਲਿਖ ਦਿੱਤੀਆਂ ਨੇ ਹੁਣ ਬਾਪ ਬੱਚਿਆਂ ਨੂੰ ਬਹਿ ਸਮਝਾਂਦੇ ਸਣ ਐ ਜੋ ਕੁਝ ਵੀ ਤੁਜੀ ਪੜਿਆ ਹੋਇਆ ਹੈ ਉਹਨੂੰ ਭੁੱਲ ਜਾਓ ਹੁਣ ਭੋਲੇਨਾਥ ਬਾਪ ਤੁਹਾਨੂੰ ਭੋਲੇ ਬੱਚਿਆਂ ਨੂੰ ਬਹਿ ਸਮਝਾਂਦੇ ਸਣ ਗਰੀਬ ਭੋਲੇ ਬੱਚਿਆਂ ਨੂੰ ਫਿਰ ਉੱਚੇ ਤੇ ਉੱਚਾ ਸ਼ਾਹੂਕਾਰ ਬਣਾਉਂਦੇ ਸਨ ਤੁਸੀਂ ਜਾਣਦੇ ਹੋ ਸੂर्यਵੰਸ਼ੀ ਮਾਲਿਕ ਬਣਦੇ ਹਨ ਫਿਰ ਆਜਤੇ ਆਜਤੇ ਗਿਰਦੇ ਗਿਰਦੇ ਕੀ ਹੋ ਗਿਆ ਕੀ ਹੋ ਜਾ ਵੰਡਰਫੁਲ ਖੇਡ ਹੈਗਾ ਸਵਰਗ ਵਿੱਚ ਤੁਸੀਂ ਕਿੰਨੇ ਮਾਲਾ ਮਾਲ ਹੁੰਦੇ ਸਨ ਹੁਣ ਤਾਂ ਰਾਜਾਵਾਂ ਦੇ ਵੀ ਬਹੁਤ ਵੱਡੇ ਵੱਡੇ ਮਹਿਲ ਸਨ ਜੈਪੁਰ ਵਿੱਚ ਵੇਖੋ ਕਿੱਡੇ ਵੱਡਾ ਮਹਿਲ ਹੈਗਾ ਹੁਣ ਤਾਂ ਇਹ ਹੁਜ ਇਹ ਵਿਜੇ ਮਹਿਲ ਹੈ ਹੀ ਨਹੀਂ ਅੱਗੇ ਵਾਲੇ ਪਤਾ ਨਹੀਂ ਕੀ ਹੋ ਜੇ ਹੋਣਗੇ ਗਵਰਨਮੈਂਟ ਹਾਊਸ ਇਹ ਨਹੀਂ ਬਣਦੇ ਹਨ ਰਾਜਾਵਾਂ ਦੇ ਮਹਿਲ ਬਣਾਉਣ ਦਾ ਪੱਬ ਕਾਹੀ ਅਲੱਗ ਹੁੰਦਾ ਏ ਅੱਛਾ ਫਿਰ ਸਵਰਗ ਦਾ ਮਾਡਲ ਵੇਖਣਾ ਹੋਵੇ ਤੇ ਜਾਓ ਅਜਮੇਰ ਵਿੱਚ ਇੱਕ ਮਾਡਲ ਬਣਾਉਣ ਵਿੱਚ ਵੀ ਕਿੱਡੀ ਮਿਹਨਤ ਲੱਗਦੀ ਏ ਦੇਖਣ ਵਿੱਚ ਤੁਸੀਂ ਕਿੰਨਾ ਖੁਸ਼ੀ ਹੋਗੇ ਇੱਥੇ ਤਾਂ 바ਵਾ ਛੱਟ ਸਾਖਸ਼ਾਤ ਕਰਾ ਦਿੰਦੇ ਸਨ ਜੋ ਦਿਵਯਾ ਦ੍ਰਿਸ਼ਟੀ ਨਾਲ ਵੇਖਦੇ ਸਨ ਫਿਰ ਉਹੀ ਉਹ ਫਿਰ ਤੁਹਾਨੂੰ ਪ੍ਰੈਕਟੀਕਲ ਵਿੱਚ ਵੇਖਣਾ ਹੈ ਭਗਤੀ ਮਾਰਗ ਵਿੱਚ ਭਗਤਾਂ ਨੂੰ ਫਲ ਸਾਖਸ਼ਾਤਕਾਰ ਦਾ ਦਿੰਦੇ ਸਨ ਪਰੰਤੂ ਉਹ ਕੋਈ ਵੈਕੁੰਠ ਦੇ ਮਾਲਿਕ ਥੋੜੇ ਹੀ ਬਣੇ ਸਨ ਤੁਹਾਨੂੰ ਤਾਂ ਪ੍ਰੈਕਟੀਕਲ ਹੁਣ ਮਾਲਿਕ ਬਣਾਉਂਦੇ ਸਨ ਹੁਣ ਤਾਂ ਹੈ ਹੀ ਨਰਕ ਇੱਕ ਦੂਜੇ ਨੂੰ ਕੱਟਦੇ ਲੜਦੇ ਰਹਿੰਦੇ ਸਨ ਬੱਚੇ ਬਾਪ ਦਾ ਭਾਈ ਦਾ ਖੂਨ ਕਰਨ ਵਿੱਚ ਵੀ ਦੇਰੀ ਨਹੀਂ ਕਰਦੇ ਸਤਿਯੁਗ ਵਿੱਚ ਲੜਾਈ ਆਦੀ ਦੀ ਕੋਈ ਗੱਲ ਨਹੀਂ ਹੁੰਦੀ ਹੁਣ ਤੁਸੀਂ ਕਮਾਈ ਕਰ 21 ਜਨਮਾ ਦਾ ਪਦ ਪਾਉਂਦੇ ਹੋ ਕੋਈ ਕਹੇ ਸਾਨੂੰ ਮੋਕਸ਼ ਮਿਲੇ ਪਰੰਤੂ ਇਹੋ ਜੀ ਇੱਥੇ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਬਣਾ ਬਣਾਇਆ ਡਰਾਮਾ ਸਣ ਜਿਹੜਾ ਸਦੇਵ ਚੱਲਦਾ ਹੀ ਰਹਿੰਦਾ ਸਣ ਇਹਨਾਂ ਦੀ ਐਂਡ ਕਦੇ ਵੀ ਨਹੀਂ ਹੁੰਦੀ ਅਨਾਦੀ ਚੱਕਰ ਕਿਵੇਂ ਫਿਰਦਾ ਸਣ ਸੋ ਹੁਣ ਬਾਪ ਬੈ ਰਾਜ ਸਮਝਾਉਂਦੇ ਸਣ ਐ ਸਾਰੀਆਂ ਗੱਲਾਂ ਸਮਝਣ ਦੀਆਂ ਸਣ ਜਦੋਂ ਜ਼ਿਆਸੀ ਸਮਝਣ ਲੱਗ ਪਣਵੰਗੇ ਫਿਰ ਵਿਰਧੀ ਹੋਣ ਲੱਗ ਪਵੇਗੀ ਇਹ ਤੁਹਾਡਾ ਬਹੁਤ ਉੱਚਾ ਧਰਮ ਸਣ ਇੰਨਾ ਚੋਂ ਚਿੜੀਆਂ ਖਾ ਜਾਂਦੀਆਂ ਸਣ ਔਰ ਧਰਮਾਂ ਦੀ ਚਿੜੀਆਂ ਨਹੀਂ ਖਾਂਦੀ ਔਰ ਧਰਮਾਂ ਨੂੰ ਚਿੜੀਆਂ ਨਹੀਂ ਖਾਂਦੀ ਤੁਸੀਂ ਬੱਚਿਆਂ ਨੂੰ ਇਸ ਦੁਨੀਆ ਵਿੱਚ ਕੋਈ ਸ਼ੌਂਕ ਨਹੀਂ ਰੱਖਣਾ ਚਾਹੀਦਾ ਇਹ ਕਬਰਿਸਤਾਨ ਨੇ ਪੁਰਾਣੀ ਦੁਨੀਆਏ ਅਮਰੀਕਾ ਵਿੱਚ ਜਿਹੜੇ ਸੈਂਸੀਬਲ ਸਨ ਉਹ ਸਮਝਦੇ ਸਨ ਕਿ ਕੋਈ ਪ੍ਰੇਰਕ ਹੈ ਸਾਡੇ ਤੋਂ ਬਣਵਾ ਰਿਹਾ ਏ ਮੌਤ ਸਾਹਮਣੇ ਖੜਿਆ ਏ ਵਿਨਾਸ਼ਤਾ ਹੋਣਾ ਹੀ ਏ ਸਭ ਦੀ ਦਿਲ ਅੰਦਰ ਖਾਂਦੀ ਰਹਦੀ ਸਨ ਡਰਾਮਾ ਦੀ ਭਾਵੀ ਹੀ ਇਹੋ ਜੀ ਬਣੀ ਹੋਈ ਏ ਸ਼ਿਬਾ ਬਾਤਾਂ ਦਾਤਾ ਸਨ ਇਹਨਾਂ ਨੂੰ ਕੋਈ ਵੀ ਅਸਕਤੀ ਨਹੀਂ ਸਨ ਨਿਰਾਕਾਰ ਸਨ ਇਹ ਸਭ ਕੁਝ ਬੱਚਿਆਂ ਦਾ ਹੀ ਸਨ ਨਵੀਂ ਦੁਨੀਆ ਵਿੱਚ ਬੱਚੇ ਹੀ ਸਨ ਵਿਸ਼ਵ ਦੀ ਬਾਦਸ਼ਾਹੀ ਅਸੀਂ ਸਥਾਪਨ ਕਰ ਰਹੇ ਸਨ ਅਸੀਂ ਹੀ ਰਾਜ ਕਰਦੇ ਹਾਂ ਬਾਬਾ ਕਿੰਨਾ ਨਿਸ਼ਕਾਮੀ ਸਨ ਤੁਸੀਂ ਬਾਬਾ ਨੂੰ ਯਾਦ ਕਰੋਗੇ ਤਾਂ ਤੁਹਾਡੀ ਬੁੱਧੀ ਦਾ ਤਾਲਾ ਖੁੱਲ ਜਾਵੇਗਾ ਤੁਸੀਂ ਡਬਲ ਮਹਾਦਾਨੀ ਬਣ ਜਾਂਦੇ ਹੋ ਤਨ ਮਨ ਧਨ ਦਿੰਦੇ ਹੋ ਅਵਿਨਾਸ਼ੀ ਗਿਆਨ ਰਤਨ ਵੀ ਦਿੰਦੇ ਹੋ ਸ਼ਿਬ ਬਾਬਾ ਨੂੰ ਤੁਸੀਂ ਕੀ ਦਿੰਦੇ ਹੋ ਕਰਨੀ ਘੋਰ ਨੂੰ ਦਿੰਦੇ ਨੇ ਨਾ ਈਸ਼ਵਰ ਸਮਰਪਣ ਈਸ਼ਵਰ ਭੁਖਾਏ ਕੀ ਜਿਹੜਾ ਤੁਸੀਂ ਉਸ ਨੂੰ ਦਿੰਦੇ ਹੋ ਵਾ ਕ੍ਰਿਸ਼ਨ ਅਰਪਣਮ ਕਰਦੇ ਨੇ ਦੋਵੇਂ ਭਿਖਾ ਦੋਵਾਂ ਨੂੰ ਭਿਖਾਰੀ ਬਣਾ ਦਿੱਤਾ ਏ ਉਹ ਤੇ ਦਾਤਾ ਸੰ ਦਿੰਦੇ ਰਹਿੰਦੇ ਸੰ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰ ਹੈ ਪੁਰਾਣੀ ਦੁਨੀਆ ਦੀ ਕਿਸੇ ਵੀ ਚੀਜ਼ ਨਾਲ ਲਗਾਵ ਨਹੀਂ ਹੋ ਰੱਖਣਾ ਇਸ ਦੁਨੀਆ ਨਾਲ ਇਸ ਦੁਨੀਆ ਵਿੱਚ ਕਿਸੇ ਵੀ ਗੱਲ ਦਾ ਸ਼ੌਂਕ ਨਹੀਂ ਰੱਖਣਾ ਕਿਉਂਕਿ ਇਹ ਸਾਰੀ ਕਬਰਿਸਤਾਨ ਹੋਣ ਵਾਲੀ ਏ ਹੁਣ ਨਾਟਕ ਪੂਰਾ ਹੁੰਦਾ ਏ ਹਿਸਾਬ ਕਿਤਾਬ ਚੁਕਤੋ ਕਰ ਘਰ ਵਾਪਸ ਜਾਣਾ ਇਸ ਲਈ yog বল ਦੁਆਰਾ ਪਾਪਾਂ ਤੋਂ ਮੁਕਤ ਹੋ ਪੁੰਨ ਆਤਮਾ ਬਣਨਾ ਹੈ ਦਬਲ ਦਾਨੀ ਬਣਨਾ ਹੈ ਵਰਦਾਨ ਹੈਗਾ ਖੁਸ਼ੀ ਦੀ ਖੁਰਾਕ ਨਾਲ ਮਨ ਅਤੇ ਬੁੱਧੀ ਨੂੰ ਸ਼ਕਤੀਸ਼ਾਲੀ ਬਣਾਉਣ ਵਾਲੇ ਅਚਲ اٹੋਲ ਭਵ ਵਾਹਾ ਬਾਬਾ ਵਾਹਾ ਅਤੇ ਵਾਹ ਮੇਰਾ ਭਾਗ ਵਾਹਾ ਸਦਾ ਅਯੋ ਖੁਸ਼ੀ ਦੇ ਗੀਤ ਗਾਉਂਦੇ ਰਹੋ ਖੁਸ਼ੀ ਸਭ ਤੋਂ ਚੰਗੀ ਖੁਰਾਕ ਹੈ ਖੁਸ਼ੀ ਜੀ ਹੀ ਕੋਈ ਹੋਰ ਖੁਰਾਕ ਨਹੀਂ ਹੋ ਸਕਦੀ ਜੋ ਰੋਜ਼ ਖੁਸ਼ੀ ਦੀ ਖੁਰਾਕ ਖਾਂਦੇ ਸਨ ਉਹ ਸਦਾ ਤੰਦਰੁਸਤ ਰਹਿੰਦੇ ਸਨ ਕਦੇ ਕਮਜ਼ੋਰ ਨਹੀਂ ਹੁੰਦੇ ਇਸ ਲਈ ਖੁਸ਼ੀ ਦੀ ਖੁਰਾਕ ਦੁਆਰਾ ਮਨ ਅਤੇ ਬੁੱਧੀ ਨੂੰ ਸ਼ਕਤੀਸ਼ਾਲੀ ਬਣਾਓ ਤਾਂ ਸਥਿਤੀ ਸ਼ਕਤੀਸ਼ਾਲੀ ਰਹੇਗੀ। ਇਹੋ ਜੀ ਸ਼ਕਤੀਸ਼ਾਲੀ ਸਥਿਤੀ ਵਾਲੇ ਸਦਾ ਅਚਲ ਅਡੋਲ ਰਹਿੰਦੇ ਸਨ। 슬ੋਗਨ ਹੈਗਾ ਮਨ ਅਤੇ ਬੁੱਧੀ ਨੂੰ ਅਨੁਭਵ ਦੀ ਸੀਟ ਉੱਤੇ ਸੈੱਟ ਕਰ ਦਿਓ ਤਾਂ ਕਦੇ ਵੀ ਅਪਸੈਟ ਨਹੀਂ ਹੋਵੋਗੇ। ਮਨ ਅਤੇ ਬੁੱਧੀ ਨੂੰ अनुभव ਦੀ ਸੀਟ ਤੇ ਸੈੱਟ ਕਰ ਲਵੋ ਤਾਂ ਕਦੇ ਵੀ ਅਪਸੈਟ ਨਹੀਂ ਹੋਗੇ ਓਮ ਸ਼ਾਂਤੀ